ਗੁਰਦਾਸਪੁਰ ਦੇ ਪਿੰਡ ਫੁੱਲੜਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਦੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਸੀ। ਪਿੰਡ ਫੁੱਲੜਾ ਦੀ ਸਰਪੰਚ ਲਵਲੀ ਦੇਵੀ ਦੇ ਘਰ ਵਾਲੇ ਸੁਖਰਾਜ ਸਮੇਤ 3 ਦੀ ਹੋਈ ਮੌਤ ਤੋਂ ਬਾਅਦ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਹੱਥ ਵਿੱਚ ਆ ਚੁੱਕੀ ਹੈ, ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਸਿੱਧੂ ਨੇ ਕਿਹਾ ਕਿ ਸਰਕਾਰ ਕਬਜ਼ਿਆਂ ਦੀ ਸਰਕਾਰ ਹੈ, ਜਿੱਥੇ 2 ਬੰਦਿਆਂ ਨੂੰ ਦਿਨ ਦਿਹਾੜੇ ਕਰੀਬ 50 ਬੰਦੇ ਹਥਿਆਰਲੈਸ ਗੋਲੀਆਂ ਮਾਰਦੇ ਹਨ ਅਤੇ 24 ਘੰਟੇ ਬਾਅਦ ਵੀ ਮੁਜਰਿਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਸਿੱਧੂ ਨੇ ਕਿਹਾ ਕਿ ਜੇਕਰ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਉਹ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਇਹਨਾਂ ਕੋਲੋਂ ਨਹੀਂ ਚੱਲ ਪਾ ਰਹੀ ਤੇ ਗੁਜਰਾਤ ਜਾ ਕੇ ਲੋਕਾਂ ਨੂੰ ਝੂਠ ਬੋਲ ਰਹੇ ਹਨ, ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਕਾਂਗਰਸੀ ਸਰਪੰਚ ਨੂੰ ਗੋਲੀਆਂ ਨਾਲ ਮਾਰਿਆ ਗਿਆ ਪੁਲਿਸ 2 ਕਿਲੇ ਦੂਰ ਖੜੀ ਦੇਖ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਇਹ ਜੰਗਲ ਰਾਜ ਹੈ ਤੇ ਕਾਂਗਰਸ ਦੇ ਸਮੇਂ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਸੀ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਗਠਨ ਕਰਨ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਫੋਰਸ ਜ਼ਰੂਰ ਬਣਾਉਣ, ਲੇਕਿਨ ਫਾਇਦਾ ਤਾਂ ਹੈ ਜੇਕਰ ਉਹ ਜ਼ਮੀਨੀ ਪੱਧਰ ਤੇ ਕੰਮ ਕਰੇ, ਜਦਕਿ ਪੰਜਾਬ ਦੇ ਵਿੱਚ ਜੰਗਲ ਰਾਜ ਬਣਿਆ ਹੋਇਆ ਹੈ, ਜਗ੍ਹਾ ਜਗ੍ਹਾ ਤੇ ਵਾਰਦਾਤਾਂ ਹੋ ਰਹੀਆਂ ਹਨ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਬਲੂ ਦੀ ਰਿਪੋਰਟ। ਨਿਸ਼ਾਨ ਸਿੰਘ ਦਾ ਪਰਿਵਾਰ ਦੇਖ ਲਓ, 4 ਛੋਟੀਆਂ ਕੁੜੀਆਂ, ਇੱਕ ਨਿਕਾ ਜਿਹਾ ਮੁੰਡਾ, ਆਹ ਵੇਖੋ ਤੇ ਘਰ ਵੇਖ ਲਓ, ਪਾਲੇ ਢੈਣ ਵਾਲੇ ਆ। ਹਾਂਜੀ, ਇਹ ਲਾਅ ਐਂਡ ਆਰਡਰ ਹੈ ਪੰਜਾਬ 'ਚ, ਪੁਲਿਸ ਆਈ ਹੈ, 50 ਤੋਂ 60 ਬੰਦੇ ਨਾਲ, ਕਬਜ਼ਾ ਕੰਪਨੀ ਬਣਾਤੀ ਇਹਨਾਂ ਨੇ। ਅੱਗੇ ਪਿਛਲੀ ਵਾਰੀ ਉਹਨਾਂ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾਈ ਸੀ, ਇਹਨਾਂ ਕਬਜ਼ਾ ਕੰਪਨੀ ਬਣਾਤੀ। ਪੁਲਿਸ ਨਾਲ ਖੜੀ ਹੈ, ਪਿੱਛੇ 2 ਕਿੱਲੇ ਪਿੱਛੇ ਪੁਲਿਸ ਖੜੀ ਹੈ ਤੇ ਗੋਲੀਆਂ 50-50 ਨਿਕਲੀਆਂ ਨੇ। ਜਿਹੜੇ ਮਾਰੇ ਨੇ 50-50 ਗੋਲੀਆਂ ਇੱਕ ਇੱਕ ਬੰਦੇ ਦੇ ਵਿੱਚੋਂ, ਤੁਸੀਂ ਸੋਚ ਕੇ ਵੇਖੋ ਇਹ ਇਹ ਇਹਨਾਂ ਨੂੰ ਕੌਣ ਪਾਲੂ? ਹੈਂ, ਇਟ ਇਜ਼ ਅ ਬੰਚ ਆਫ ਐਮੇਚਰਸ ਰਨਿੰਗ ਦਿਸ ਗਵਰਨਮੈਂਟ। ਕੋਈ ਅਨੁਭਵ ਨਹੀਂ ਸਰਕਾਰਾਂ ਕਿਵੇਂ ਚੱਲਦੀਆਂ ਨੇ। ਹੈਂਜੀ, ਅਰਾਜਕਤਾ ਦਾ ਮਤਲਬ ਤੁਸੀਂ ਦੇਖੋ ਤਾਂ ਸਹੀ, ਅਰਾਜਕਤਾ ਦਾ ਸਮਾਚਾਰ ਹੈ ਚਾਰੇ ਪਾਸੇ। ਮੈਂ ਕਿਹਾ ਕਬੱਡੀ ਖਿਡਾਰੀ ਦੀ ਗੱਲ ਨਾਲ, ਸੜਕ ਦੇ ਉੱਤੇ ਫਗਵਾੜੇ ਗੋਲੀ ਚੱਲੀ ਹੈ, ਮੋਗੇ ਚੱਲੀ ਹੈ, ਕੱਸੂਆਂ ਨੇ ਚੱਲੀ ਹੈ, ਜਲੰਧਰ ਚੱਲੀ ਹੈ, ਲੁਧਿਆਣੇ ਬੰਦਾ ਮਰਿਆ, ਕਿੰਨੇ ਕੁ 4 ਟੂਰਨਾਮੈਂਟਾਂ ਵਾਲੇ ਮਾਰਤੇ, 4 ਅੱਜ ਇੱਥੇ ਮਾਰਤੇ, ਅਤੇ ਕੀ ਕਸੂਰ ਹੈ ਇਹਨਾਂ ਦਾ? ਵਾਹੀ ਕਰਨ ਡਏ ਆਪਦੀ ਜ਼ਮੀਨ ਦੀ। 2-2 ਕਿੱਲਿਆਂ ਦੇ ਉੱਤੇ ਕਬਜ਼ਾ ਕਰਾਉਣ ਆਏ ਆ, ਪੁਲਿਸ ਨਾਲ ਲੈ ਕੇ ਆਏ ਆ, ਅਤੇ ਇੱਥੋਂ ਕਹਿੰਦੇ ਆ ਜੀ ਕਿ ਕਾਂਗਰਸ ਦੇ ਸਰਪੰਚ ਨੇ ਗੋਲੀ ਚਲਾਤੀ। ਉਹ 60 ਬੰਦੇ ਗੋਲੀ ਚਲਾ ਰਹੇ ਉਹਦੇ 'ਤੇ, ਉਹ ਕੀ ਕਰੂਗਾ ਆਪਦੇ ਖੇਤ ਦੇ ਵਿੱਚ? ਸੈਲਫ ਡਿਫੈਂਸ ਵੀ ਨਹੀਂ ਕਰੂ? ਹੈਂ, ਇਹ ਜਿਹੜੀ ਇਹ ਜੋ ਕੁਛ ਹੋ ਰਿਹਾ ਨਾ, ਇਹ ਜੋ ਕੁਛ ਹੋ ਰਿਹਾ ਇਹ ਜ਼ਿਆਦਾ ਦੇਰ ਨਹੀਂ ਚੱਲੇਗਾ। ਇਹ ਜਿਹੜੀ ਬਦਲਾਅ ਵਾਲੀ ਗੱਲ ਹੈ ਨਾ, ਇਹ ਲੋਕਾਂ ਨੇ ਉਤਰ ਜਾਣਾ ਸਾਰਾ ਕੁਛ। ਇਹ ਜਿਹੜੇ ਸੰਤਾਪ ਭੋਗ ਰਹੇ ਆ ਨਾ, ਇਹਨਾਂ ਦੀਆਂ ਹਾਵਾਂ ਨਹੀਂ ਮਾਰ ਦੇਣਾ। ਦੇਖੋ, ਲਾਅ ਐਂਡ ਆਰਡਰ ਕਿਸੇ ਪਾਰਟੀ ਦਾ ਮੁਹਤਾਜ ਨਹੀਂ ਹੁੰਦਾ, ਲਾਅ ਐਂਡ ਆਰਡਰ ਸਾਰਿਆਂ ਵਾਸਤੇ ਹੁੰਦਾ। ਕਾਨੂੰਨ ਵਿਵਸਥਾ ਤੋਂ ਬੜਾ ਫੰਡਾਮੈਂਟਲ ਰਾਈਟ, ਮੈਂ ਕੱਲ੍ਹ ਵੀ ਕਿਹਾ, ਕੋਈ ਨਹੀਂ ਹੈ। ਜਿੱਥੇ ਜਾਨ ਮਾਲ ਹੀ ਮਹਿਫੂਜ਼ ਨਹੀਂ, ਉੱਥੇ ਕਾਹਦੀ ਸਰਕਾਰ ਹੈ ਭਾਈ? ਉੱਥੇ ਕੀ ਹੈ? ਦੇਰ ਇਜ਼ ਨੋ ਗਵਰਨੈਂਸ, ਨਥਿੰਗ ਕਾਲਡ ਗਵਰਨੈਂਸ। 15 ਦਿਨ ਨਹੀਂ ਹੋਏ ਅਜੇ, ਅਤੇ ਤੁਸੀਂ ਦੂਜੇ ਪਾਸੇ ਇੱਥੇ ਜੰਗਲ ਰਾਜ ਕਾਇਮ ਕਰੀ ਜਾਂਦੇ ਹੋ, ਅਤੇ ਦੂਜੇ ਪਾਸੇ ਤੁਸੀਂ ਇਲੈਕਸ਼ਨ ਜਿੱਤਣ ਫਿਰਦੇ ਹੋ। ਹੈਂ, 10 ਦਿਨਾਂ ਦੀ ਕਰਪਸ਼ਨ ਵੀ ਦੂਰ ਕਰਤੀ, ਲਾਅ ਐਂਡ ਆਰਡਰ ਵੀ ਮੇਨਟੇਨਡ ਹੈ, ਸਾਰਾ ਕੁਛ ਹੀ ਠੀਕ ਹੈ, ਇਹ ਗੱਲਾਂ ਨਾਲ ਚੱਲਦੀ ਹੈ ਸਰਕਾਰ? ਉਹ ਯਾਰ, ਮੈਂ ਕਹਿੰਦਾ ਫੋਰਸਾਂ ਜਿੰਨੀਆਂ ਮਰਜ਼ੀ ਬਣਾ ਲਓ, ਗੱਲਾਂ ਜ਼ਮੀਨ 'ਤੇ ਤਾਂ ਲਾਓ। ਜਦ ਦਾ ਮੈਂ ਹੋਸ਼ ਸੰਭਾਲਿਆ, ਮੈਂ ਇਹੋ ਜਿਹੀ ਪਰਿਸਥਿਤੀ ਦੇਖੀ ਨਹੀਂ ਛੋਟੇ ਭਾਈ। ਤੂੰ ਆਹ ਦੇਖ ਤਾਂ ਸਹੀ, ਜ਼ਮੀਨ 'ਤੇ ਉਤਰੋ ਨਾ, ਅਖਬਾਰਾਂ 'ਚ ਪੜ੍ਹ ਕੇ ਕੁਛ ਹੋਰ ਲੱਗਦਾ, ਲੇਕਿਨ ਜਦੋਂ ਜ਼ਮੀਨ 'ਤੇ ਉਤਰੋ ਦੇਖੋ ਨਾ, ਕੁਛ ਹੋਰ ਹੀ ਹੈ ਗੱਲ। ਬੰਦਾ ਹੀ ਨਹੀਂ ਹੈ ਘਰਾਂ 'ਚ ਕੋਈ। ਤੂੰ ਦੱਸ ਮੈਨੂੰ, 4 ਕੁੜੀਆਂ, ਆਹ ਨਿਕਾ ਜਿਹਾ ਜਵਾਕ, ਮਾਂ ਅਤੇ ਘਰ ਵਾਲੀ ਆਹ ਖੜੇ ਆ, ਦੱਸ ਇਹਨੂੰ ਕੌਣ ਪਾਲੂ? ਹੈਂ, ਉੱਧਰ ਦੇਖ ਜਾ ਕੇ। ਮਤਲਬ ਯਾਰ, ਮਤਭੇਦ ਹੋ ਸਕਦੇ ਆ, ਤੁਹਾਡੇ ਲੜਾਈ ਝਗੜੇ ਹੋ ਸਕਦੇ ਆ, ਤੁਸੀਂ ਕਿਸੇ ਦੇ ਗੋਲੀ ਥੋੜ੍ਹਾ ਨਾ ਮਾਰ ਦਿਓਗੇ?
कौन कॉम्पनसेट करू इन दे सकते हो प्यो मतलब हद होगी अज तक कोई अरेस्ट नहीं किया शाम नू राती 9 बजे का परचा दिता और पुलिस नू पता होना चाहिए इनफॉर्म करके आना चाहिए पुलिस नाल खड़ी है पुलिस की मौजूदगी वाकया हो रहा है खास आदमी ने दिस इज देयर फर्स्ट फंडामेंटल राइट राइट टू लाइफ जे जिंदगी नहीं जानमाल महफूज नहीं तो किसी चीज का कोई मुल नहीं दो किले पिछे पुलिस खड़े थी पूछो आई एम नॉट सेइंग इट एवरीबडी एल्स इज सेइंग इट पुलिस लैके आई नाल दसूए आए बंदे 53 गोलियां मारियां थोनू मिला बिना पुलिस की फैसिलिटेशन दे हो गया दो बंदियां दे उत्ते 60 बंदे गोली चला रहे ये कब्जा कंपनी जिहड़ी बनी है ना इहदे खिलाफ आवाज चुकांगे लैंड माफिया ये जो कुछ हो रहा है ये सरकार की मुख स्पैक्टेटर ने होने म्यूट स्पैक्टेटर Is this the change that people voted for you? Huh? This is the change that they voted for? Sir, ਇਹ ਕੀ ਕਹਿ ਜਾ ਰਹੇ ਰਸਤੇ ਵਿੱਚ ਦੋ ਨਾਕੇ ਵੀ ਹੈਗੇ ਨੇ ਪੁਲਿਸ ਦੇ ਮੈਂ ਕਿਹਾ ਨਾਕਿਆਂ ਦੀ ਗੱਲ ਛੱਡ ਪੁਲਿਸ ਨਾਲ ਖੜੀ ਹੈ ਪੁਲਿਸ ਤੂੰ ਕਹਿੰਦਾ ਨਾਕਿਆਂ ਦੀ ਗੱਲ ਕਰੀਏ ਨਾ ਪੁਲਿਸ ਨਾਲ ਖੜੀ ਹੈ ਮਿੱਤਰਾ ਇਹਨਾਂ ਨੂੰ ਪਤਾ ਨਹੀਂ ਹੈ ਵੀ ਕਿਹੜੇ ਪੁਲਿਸ ਵਾਲੇ ਖੜੇ ਸੀ ਨਾਲ ਦਸੂਏ ਕੌਣ ਕਿਹੜੀ ਪੁਲਿਸ ਲੈ ਕੇ ਆਈ ਸੀ ਇੱਥੇ 24 ਘੰਟੇ ਹੋ ਗਏ ਜੀ 24 ਘੰਟੇ ਉਹ ਕੀਤਾ ਕੀ ਹੈ ਬੰਦਾ ਇੱਕ ਵੀ ਅਰੈਸਟ ਨਹੀਂ ਕੱਲ ਲੁਧਿਆਣੇ ਸਾਡਾ ਵਰਕਰ ਮਾਰਿਆ ਵਾਰਡ ਪ੍ਰਧਾਨ ਉਹਦੇ ਗੋਲੀ ਮਾਰੀ ਤੇ ਨਾਲ ਸੱਜੇ ਪਾਸੇ ਖੜ ਕੇ ਬਾਈਟ ਦੇ ਰਿਹਾ ਮੀਡੀਆ ਨੂੰ ਤੂੰ ਜ਼ੁਰਤ ਤਾਂ ਦੇਖ ਇਹ ਹੋ ਸਕਦੀ ਹੈ ਜ਼ੁਰਤ ਬਗੈਰ ਪੁਲਿਸ ਤੇ ਹੈ ਅਸੀਂ ਆਵਾਜ਼ ਚੁੱਕਾਂਗੇ ਭਾਈ ਨਫੇ ਨੁਕਸਾਨ ਤੋਂ ਉੱਤੇ ਉੱਠ ਕੇ ਆਵਾਜ਼ ਚੁੱਕਾਂਗੇ ਵਰਕਰ ਸਾਡੀ ਜਾਨ ਹੈ